ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਕਾ। ਆਪਾਂ ਇਸ ਟਾਈਮ ਖੜ੍ਹੇ ਹਾਂ ਪਿੰਡ ਨਿਆਲ ਵਿਖੇ, ਜਿੱਥੇ ਕਿ ਅੱਜ ਹਰ ਪ੍ਰਕਾਰ ਦੀ ਸਮੱਸਿਆਵਾਂ ਨੂੰ ਲੈ ਕੇ ਇੱਥੇ ਕੈਂਪ ਲਗਾਇਆ ਗਿਆ, ਜਿਵੇਂ ਨਹਿਰੀ ਵਿਭਾਗ ਮਹਿਕਮਾ, ਬਿਜਲੀ ਬੋਰਡ ਮਹਿਕਮਾ, ਸੁਵਿਧਾ ਕੇਂਦਰ ਵਾਲੇ, ਪਟਵਾਰੀ, ਤਹਿਸੀਲਦਾਰ, ਸਾਰੇ ਮਤਲਬ ਇੱਥੇ ਸਾਰੀ ਤਰ੍ਹਾਂ ਦੇ ਮਤਲਬ ਇੱਥੇ ਮੁਲਾਜ਼ਮ ਬੈਠੇ ਨੇ, ਜਿਨ੍ਹਾਂ ਦੀ ਕੋਈ ਵੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉੱਥੇ ਇੱਥੇ ਹੱਲ ਕੀਤੀ ਜਾਵੇਗੀ ਉਹਨਾਂ ਦੀ ਸਮੱਸਿਆ। ਤੁਸੀਂ ਦੇਖ ਸਕਦੇ ਹੋ ਸਾਰਾ ਜੋ ਮਹਿਕਮਾ ਹੈ ਇੱਥੇ ਤੈਨਾਤ ਹੈ ਅਤੇ ਸਾਰੇ ਹੀ ਅਫਸਰ ਜੋ ਇੱਥੇ ਪਹੁੰਚੇ ਹੋਏ ਨੇ, ਆਪਣੀ ਆਪਣੀ ਜੋ ਲੋਕਾਂ ਦੀ ਸਮੱਸਿਆਵਾਂ ਨੇ ਉਹਨਾਂ ਨੂੰ ਉੱਥੇ ਮੌਕੇ 'ਤੇ ਹੀ ਹੱਲ ਕੀਤਾ ਜਾਵੇਗਾ। ਲੋਕਾਂ ਨੂੰ ਫਾਇਦਾ ਜੀ ਕਿ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ। ਮਾਨ ਸਾਹਿਬ ਨੇ ਕਿਹਾ ਸੀਗਾ ਕਿ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੈ ਉਹ ਨਹੀਂ ਹੋਣ ਦੇਵਾਂਗੇ, ਸਰਕਾਰ ਤੁਹਾਡੇ ਦਰਬਾਰ ਤੁਹਾਡੇ ਪਿੰਡ ਦੇ ਵਿੱਚ ਆ ਕੇ ਅਸੀਂ ਕੰਮ ਕਰਾਂਗੇ, ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਹੈਗੀ ਜਿਹੜੀ ਉਹ ਪ੍ਰੋਬਲਮ ਹੈ ਅਸੀਂ ਉਹ ਨਹੀਂ ਆਉਣ ਦੇਵਾਂਗੇ ਜੀ। ਸਾਡੇ ਹਲਕੇ ਦੇ ਵਿੱਚ ਆਏ 15-20 ਦਿਨ ਤੋਂ ਬਾਅਦ ਜਿਹੜਾ ਕੈਂਪ ਲੱਗਦਾ ਔਰ ਜਿਹਦੀ ਅਗਵਾਈ ਸਾਡੇ SDM ਸਾਹਿਬ ਕਰਦੇ ਨੇ, ਤਹਿਸੀਲਦਾਰ ਸਾਹਿਬ ਕਰਦੇ ਨੇ ਔਰ ਸਾਰਾ ਮਹਿਕਮਾ ਬੁਲਾ ਕੇ ਲੋਕਾਂ ਨੂੰ ਪੁੱਛਿਆ ਜਾਂਦਾ, ਜੋ ਵੀ ਲੋਕਾਂ ਦੀ ਦੁੱਖ ਤਕਲੀਫ ਹੈ ਉਸ ਨੂੰ ਨਾਲ ਦੇ ਨਾਲ ਜਿਹੜਾ ਉਹ ਹੱਲ ਕੀਤਾ ਜਾਂਦਾ। ਸੋ ਲੋਕ ਬੜੇ ਖੁਸ਼ ਨੇ ਕਿ ਸਾਡੀਆਂ ਜਿਹੜੀਆਂ ਪ੍ਰੋਬਲਮਾਂ ਨੇ, ਸਾਨੂੰ ਦਫ਼ਤਰਾਂ ਦੇ ਵਿੱਚ ਜਿਹੜੀਆਂ ਖੱਜਲ ਖੁਆਰੀਆਂ ਹੁੰਦੀਆਂ ਸੀਗੀਆਂ ਉਹ ਸਾਡੇ ਪਿੰਡ 'ਚ ਸਾਡੇ ਘਰ ਦੇ ਵਿੱਚ ਹੀ ਆ ਕੇ ਸਾਡੇ ਜਿਹੜੇ ਉਹ ਕੰਮ ਹੋ ਰਹੇ ਨੇ। ਇਸ ਕਰਕੇ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਜੋ ਮਾਨ ਸਾਹਿਬ ਨੇ ਕਿਹਾ ਉਹਨਾਂ ਕਮਿਟਮੈਂਟਾਂ 'ਤੇ ਮਾਨ ਸਾਹਿਬ ਦੀ ਜੋ ਸਰਕਾਰ ਹੈ ਉਹ ਪੂਰਾ ਉਤਰ ਰਹੀ। ਪੰਜਾਬ ਸਰਕਾਰ ਵੱਲੋਂ ਜੀ ਵੱਖ ਵੱਖ ਪਿੰਡਾਂ ਵਿੱਚ ਸੁਵਿਧਾ ਕੈਂਪ ਲਾਏ ਜਾ ਰਹੇ ਨੇਗੇ। ਇਸ ਵਿੱਚ ਲੋਕਾਂ ਦੀਆਂ ਮੁਸ਼ਕਲਾਂ, ਜੋ ਵੀ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਨੇ, ਕੋਈ ਪੈਨਸ਼ਨ ਵਗੈਰਾ ਦੀ ਜਾਂ ਕੋਈ ਕਿਸੇ ਦੀ ਫਰਦ ਵਗੈਰਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈਗੀ ਤਾਂ ਵੱਖ ਵੱਖ ਮਹਿਕਮੇ ਇੱਥੇ ਸਾਰੇ ਹਾਜ਼ਰ ਨੇਗੇ, ਉਹਨਾਂ ਵੱਲੋਂ ਸਾਰੀ ਮੁਸ਼ਕਲਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾ ਰਿਹਾ ਹੈਗਾ। ਲੋਕ ਇਹਦਾ ਵੱਧ ਤੋਂ ਵੱਧ ਫਾਇਦਾ ਲਾਭ ਉਠਾ ਰਹੇ ਨੇਗੇ ਅਤੇ ਲੋਕਾਂ ਨੂੰ ਇਹਦਾ ਲਾਭ ਵੀ ਦਿੱਤਾ ਜਾ ਰਿਹਾ ਹੈਗਾ ਮੌਕੇ 'ਤੇ। ਦੇਖੋ ਪਹਿਲਾਂ ਜੇ ਕਿਸੇ ਵੀ ਪਿੰਡ 'ਚੋਂ ਕਿਸੇ ਵੀ ਮੰਨ ਲਓ ਕੋਈ ਕੰਮ ਹੁੰਦਾ ਸੀਗਾ ਪਬਲਿਕ ਨੂੰ, ਉਹਨਾਂ ਨੂੰ ਦਫ਼ਤਰ ਜਾਣਾ ਪੈਂਦਾ ਸੀਗਾ, ਪਰੰਤੂ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈਗਾ, ਸਾਰੇ ਮਹਿਕਮੇ ਇੱਥੇ ਇੱਕ ਥਾਂ 'ਤੇ ਇਕੱਠੇ ਕੀਤੇ ਗਏ ਨੇਗੇ, ਉਹਨਾਂ ਦੀਆਂ ਇੱਥੇ ਮੁਸ਼ਕਲਾਂ ਸੁਣ ਕੇ ਇੱਥੇ ਨਿਪਟਾਰਾ ਕੀਤਾ ਜਾ ਰਿਹਾ ਹੈਗਾ। ਹਾਂਜੀ ਹਾਂਜੀ ਹਾਂ, ਜੋ ਵੀ ਉਹਨਾਂ ਦੇ ਹੋਣ ਵਾਲੇ ਕੰਮ ਨੇ। ਮੇਰਾ ਨਾਮ ਮਲਕੀਤ ਕੌਰ ਜੀ। ਠੀਕ ਹੈ, ਆਪਣੀ ਮਨਰੇਗਾ ਨੂੰ ਲੈ ਕੇ ਕਾਫੀ ਸਮੱਸਿਆ ਹੈ, ਠੀਕ ਹੈ, ਉਹ ਤੱਕ ਥੋੜ੍ਹਾ ਕੀ ਮੈਟਰ ਹੈ, ਕੀ ਤੁਹਾਨੂੰ ਸਮੱਸਿਆ ਆ ਰਹੀ ਹੈ ਮਨਰੇਗਾ ਨੂੰ ਲੈ ਕੇ? ਮੈਡਮ ਜੀ ਇਹ ਗੱਲ ਹੋਈ ਆ, ਸਾਨੂੰ ਮਿਸਟਰ ਔਲ ਨਹੀਂ ਮਿਲਿਆ ਸੀ, ਸਾਨੂੰ ਕਹਿੰਦੇ MLA ਸਾਹਿਬ ਨੇ ਕਿਹਾ ਵੀ ਉਹ ਪਾਰਟੀ ਨੂੰ ਦਿਓ ਨਾ ਕੰਮ, ਫਿਰ ਜੀ ਅਸੀਂ ਆਪਦੇ ਦਮ 'ਤੇ ਅਸੀਂ ਮਿਸਟਰ ਔਲ ਖੜਾਇਆ ਜੀ, ਅਸੀਂ ਹੁਣ ਕੰਮ ਚਲਾ ਰੱਖਿਆ ਜੀ, ਸਾਡਾ ਮੇਟ ਵਧੀਆ ਹਾਜ਼ਰੀ ਲਾਉਂਦਾ ਜੀ, ਵਧੀਆ ਸਾਡਾ ਕੰਮ ਚੱਲ ਰਿਹਾ ਜੀ, ਪਰਸੋਂ ਛਾਪਾ ਪਿਆ ਅਤੇ ਸਾਡੀ ਸਾਰੀ ਲੇਬਰ ਲਵੇਤੀ ਜੀ, ਦੂਈ ਪਾਰਟੀ ਦੀ ਲੇਬਰ 40-45 ਬੰਦਿਆਂ ਦਾ ਨੌਂ ਤੀ ਜੀ, ਘਰ ਬੈਠਿਆਂ ਦੀ ਹਾਜ਼ਰੀ ਲਾਉਂਦੇ ਨੇ ਅਤੇ GR ਭੋਲਾ ਅਤੇ ਜਿਹੜਾ ਮੇਟ ਰੱਖਿਆ ਹੋਇਆ ਉਹ ਤੋਂ ਹਾਜ਼ਰੀ ਨਹੀਂ ਲਵਾਉਂਦੇ, ਠੀਕ ਹੈ ਜੀ, ਅਤੇ ਸਾਨੂੰ ਜੇ ਦਿੱਕਤ ਆ ਰਹੀ ਹੈ ਵੀ MLA ਤੋਂ ਨੌਂ ਲੈਂਦੇ ਨੇ ਵੀ ਉਹ ਨਹੀਂ ਕੰਮ ਦਿੰਦਾ ਸਾਨੂੰ, ਹਾਂਜੀ ਹੁਣ ਸਾਨੂੰ ਕੰਮ ਮਿਲ ਗਿਆ ਜੀ, ਕੰਮ ਸਾਡਾ ਵਧੀਆ ਚੱਲੀ ਜਾ। ਕਿਹੜੇ ਪਿੰਡ ਤੋਂ ਤੁਸੀਂ? ਅਸੀਂ ਪਿੰਡ ਨਿਆਲ ਜੀ। ਤੁਹਾਨੂੰ ਕੰਮ ਮਿਲ ਗਿਆ? ਹਾਂਜੀ ਸਾਨੂੰ ਕੰਮ ਮਿਲ ਗਿਆ ਜੀ, ਸਾਨੂੰ ਤਾਂ ਸਾਲ ਮੰਗ ਹੋ ਗਿਆ ਜੀ, ਵਿਹਲੇ ਬੈਠੇ ਨੂੰ।
ਹਾਂਜੀ, ਦੂਈ ਪਾਰਟੀ ਨੇ ਕੰਮ ਚਲਾ ਰੱਖਿਆ, ਸਾਡਾ ਕੰਮ ਬੰਦ ਕਰਾ ਰੱਖਿਆ ਜੀ। ਸਾਡਾ ਤਾਂ ਜੀ 4 ਦਿਨ ਹੋਏ ਨੇ, 3 ਦਿਨ ਕੰਮ ਚੱਲੇ ਨੂੰ। ਹਾਂਜੀ, ਹਫ਼ਤਾ ਹਫ਼ਤਾ ਲੱਗਦਾ ਜੀ। ਊਂ ਤਾਂ ਕੰਮ ਤਾਂ ਸਾਡਾ ਪਹਿਲਾਂ ਲਗਾਤਾਰ ਚੱਲੀ ਗਿਆ ਜੀ, ਜਦੋਂ ਗੁਰਵਿੰਦਰ ਸਿੰਘ ਲਾਉਂਦੇ ਤੇ ਡਿਊਟੀ ਹਾਜ਼ਰੀ, ਸਾਡਾ ਕੰਮ ਚੱਲੀ ਗਿਆ ਸੀ ਵਧੀਆ। ਹੁਣ ਜੀ ਉਦੋਂ ਬਾਅਦ ਸਾਡਾ ਕੰਮ ਠੱਪ ਕਰਤਾ ਜੀ, ਸਾਨੂੰ ਗੁਰਬਖਸ਼ ਨੇ ਦਵਾਇਆ ਜੀ ਕੰਮ, ਹੁਣ ਤਾਂ ਸਾਨੂੰ ਗੁਰਬਖਸ਼ ਨੇ ਕੰਮ ਦਵਾਇਆ ਜੀ, ਸੈਕਟਰੀ ਨੇ। ਹਾਂਜੀ।